ਸਾਰੇ ਸੱਜਣਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਤਿੰਨ ਨਾ ਟਰੈਕਟਰ ਗੁਆਚ ਗਏ ਆ ਅਤੇ ਜਿਹੜੇ ਦਿੱਲੀ ਮੋਰਚੇ ਨੂੰ ਚੱਲੇ ਸੀ ਪੰਜਾਬ ਤੋਂ ਅਤੇ ਉਹਦਾ ਵੇਰਵਾ ਇਸ ਤਰ੍ਹਾਂ ਹੈ ਵੀ ਜੇ ਵੀ ਕਿਸੇ ਸੱਜਣ ਮਿੱਤਰ ਨੂੰ ਪਤਾ ਲੱਗੇ ਤਾਂ ਕੰਟੈਕਟ ਕਰਨ, ਉਸ ਦਾ ਵੇਰਵਾ ਮੈਂ ਇਸ ਤਰ੍ਹਾਂ ਦੇ ਰਿਹਾ ਵੀ 3600 ਆ ਨੀਲੇ ਰੰਗ ਦਾ ਫੋਰਡ, ਛਤਰੀ ਲੱਗੀ ਹੈ ਅਤੇ ਚਲਾਉਣ ਵਾਲਾ ਸੁਖਬੀਰ ਸਿੰਘ ਬਾਦਲ ਹੈ ਅਤੇ ਬੀਬਾ ਜੀ ਨਾਲ ਬੈਠੇ ਨੇ। ਉਹ ਤਲਵੰਡੀ ਤੋਂ ਚੱਲਿਆ ਅਤੇ ਹਜੇ ਤੱਕ ਪਹੁੰਚਿਆ ਨਹੀਂ, ਉਹ ਗੁੰਮਸ਼ੁਦਾ। ਜੇ ਕੋਈ ਸੱਜਣ ਮਿੱਤਰ ਨੂੰ ਉਹਨਾਂ ਬਾਰੇ ਪਤਾ ਲੱਗੇ ਤਾਂ ਲੰਬੀ ਕੰਟੈਕਟ ਕਰਨ, ਕਿਉਂਕਿ ਬਾਬਾ ਜੀ ਬੜੇ ਪਰੇਸ਼ਾਨ ਨੇ। ਉਹ ਕਹਿੰਦਾ ਮੁੰਡਾ ਸਾਡਾ ਟਰੈਕਟਰ ਲੈ ਕੇ ਗਿਆ, ਨਾਲ ਨੂੰਹ ਨੂੰ ਵੀ ਲੈ ਗਿਆ ਅਤੇ ਪਤਾ ਨਹੀਂ ਕਿੱਧਰ ਗਏ ਆ, ਅਤੇ ਉਹ ਉਹਨਾਂ ਬਾਰੇ ਵੀ ਉਹਨਾਂ ਸੂਚਿਤ ਕੀਤਾ ਜਾਵੇ। ਦੂਜਾ ਟਰੈਕਟਰ ਹੈ ਚੀਮਾ ਜੀ ਦਾ ਅਤੇ ਬੀਬਾ ਬਲਜਿੰਦਰ ਕੌਰ ਜੀ ਦਾ, ਉਹ ਵੀ ਕਾਫੀ ਦਿਨਾਂ ਤੋਂ ਟਰੈਕਟਰ ਲੈ ਕੇ ਨਿਕਲੇ ਹੋਏ ਆ ਅਤੇ ਹਜੇ ਤੱਕ ਪਹੁੰਚਿਆ ਨਹੀਂ ਉਹਨਾਂ ਦਾ ਸੰਘਰਸ਼ 'ਚ, ਅਤੇ ਉਹਨਾਂ ਬਾਰੇ ਵੀ ਜੇ ਕਿਸੇ ਨੂੰ ਪਤਾ ਲੱਗੇ ਤਾਂ ਜ਼ਰੂਰ ਦੱਸਿਓ। ਅਤੇ ਤੀਜਾ ਟਰੈਕਟਰ ਹੈ ਹਿੰਦੁਸਤਾਨ ਖੱਟੇ ਰੰਗ ਦਾ, ਉਹਦੇ ਸਾਈਡ 'ਤੇ ਸੋਫੇ ਜੇ ਲੱਗੇ ਹੋਏ ਆ ਅਤੇ ਪਛਾਣਿਆ ਜਾਊਗਾ ਛੇਤੀ, ਆਮ ਟਰੈਕਟਰਾਂ 'ਚ ਲੱਗੇ ਨਹੀਂ ਹੁੰਦੇ ਸੋਫੇ। ਅਤੇ ਉਹ ਚਲਾਉਣ ਵਾਲਾ ਹੈਗਾ ਰਾਹੁਲ ਗਾਂਧੀ, ਅਤੇ ਨਾਲ ਮੇਰੇ ਖਿਆਲ ਆਪਣਾ ਬੈਠੇ ਨੇ ਰਾਹੁਲ ਗਾਂਧੀ ਅਤੇ ਕੈਪਟਨ ਸਾਹਿਬ ਵੀ ਹੈਗੇ ਨੇ। ਉਹ ਵੀ ਜੇ ਕਿਸੇ ਨੂੰ ਸੱਜਣ ਮਿੱਤਰ ਨੂੰ ਉਹਨਾਂ ਬਾਰੇ ਵੀ ਜੇ ਪਤਾ ਲੱਗੇ ਤਾਂ ਜ਼ਰੂਰ ਦੱਸਿਓ, ਹਜੇ ਤੱਕ ਪਹੁੰਚੇ ਨਹੀਂ ਗੇ, ਜ਼ਰੂਰੀ ਟਰੈਕਟਰ ਨੇ। ਸੋ ਗੱਲਾਂ ਵੀਰ ਜੀ ਇਹ ਹੈ ਵੀ ਇਹ ਗੱਲ ਆਪਾਂ ਨੂੰ ਸਮਝਣੀ ਪੈਣੀ ਹੈ ਵੀ ਇਹ ਕੱਲ੍ਹ ਨੂੰ ਸ਼ੰਭੂ ਮੋਰਚੇ 'ਤੇ ਇਕੱਠ ਕੀਤਾ ਇਹਨਾਂ ਨੇ, ਕਾਂਗਰਸ ਨੇ, ਉੱਥੇ ਹਜ਼ਾਰਾਂ ਬੰਦਾ ਇਕੱਠਾ ਕਰ ਲਿਆ ਵੀ ਇੱਥੇ 2-3 ਬਾਰਡਰ ਖੁੱਲ੍ਹੇ ਪਏ ਆ, ਉੱਥੇ ਇੰਨਾ ਇਕੱਠਾ ਕਰਕੇ ਲਿਆਓ ਅਤੇ ਬੰਦ ਕਰੋ। ਕਰੋਗੇ ਕਦੋਂ? ਜਦੋਂ ਤੁਸੀਂ ਪਿੰਡਾਂ 'ਚ ਆਉਂਦੇ ਹਾਂ, ਤੁਹਾਨੂੰ ਅਸੀਂ ਉਹ ਵਿਛਾਉਂਦੇ ਹਾਂ, ਥੱਲੇ ਮੈਟ ਵਿਛਾਉਂਦੇ ਹਾਂ, ਕੁਰਸੀਆਂ ਬਿਠਾਉਂਦੇ ਹਾਂ, ਬਦਾਮ ਕਾਜੂ ਖਵਾਉਂਦੇ ਹਾਂ, ਹੈ ਨਾ, ਤੂੰ ਕਾਜੂ ਖਵਾਉਣ ਵਾਸਤੇ ਤਾਂ ਨਹੀਂ ਤੁਹਾਨੂੰ ਅਸੀਂ MLA ਬਣਾਇਆ, ਜਾਂ ਤੁਹਾਨੂੰ ਤਨਖਾਹ ਲਾ ਤੀਆਂ, ਜਾਂ ਤੁਹਾਨੂੰ ਸਿਕਿਉਰਟੀਆਂ ਦੇ ਤੀਆਂ, ਤੁਹਾਨੂੰ ਲੋਕਾਂ ਵਾਸਤੇ ਬਣਾਇਆ। ਅਤੇ ਤੁਹਾਡੇ MP ਹੈ ਜਿਨ੍ਹਾਂ ਨੇ ਲੋਕ ਸਭਾ 'ਚ ਬਿੱਲ ਪਾਸ ਕਰਨਾ ਸੀ ਅਤੇ ਤਾਂ ਕੜੀ ਚੌਲ ਖਾ ਕੇ ਉੱਥੋਂ ਬਸ, ਹੋਰ ਕੋਈ ਕੰਮ ਹੀ ਨਹੀਂ, ਦੱਸਿਆ ਹੀ ਨਹੀਂ ਗਾ, ਸਾਰਿਆਂ ਨੇ ਸਾਈਨ ਕਰਤੇ, ਹੁਣ ਬਾਹਰ ਆ ਕੇ ਗੱਲਾਂ ਗੱਲਾਂ ਵੱਡੀਆਂ ਵੱਡੀਆਂ ਕਰਦੇ ਆ। ਉਹਨਾਂ ਨੂੰ ਅਸਤੀਫੇ ਦੇਣੇ ਚਾਹੀਦੇ ਆ, ਬੇਨਤੀ ਇਹ ਆ ਵੀ ਅਸਤੀਫੇ ਦੇ ਦਿਉ ਤੁਸੀਂ, ਤੁਹਾਨੂੰ 13 ਨੂੰ ਅਸਤੀਫੇ ਦੇਣੇ ਚਾਹੀਦੇ ਆ, ਤਾਂ ਕਿ ਪੰਜਾਬ 'ਤੇ ਪਤਾ ਤਾਂ ਲੱਗੇ ਨਾ ਵੀ ਤੁਸੀਂ ਨਾਲ ਹੈ, ਰੋਸ ਆ, ਇੱਥੇ ਆ ਕੇ ਬੈਠੋ, ਤੁਹਾਨੂੰ ਪਤਾ ਲੱਗੇ ਕਿੰਨੀ ਤਕਲੀਫ ਹੈ। ਤੁਸੀਂ ਇੱਥੇ 2-3 ਬੈਠੇ ਜੰਤਰ ਮੰਤਰ, ਉਹ ਬਸ ਬੈਠ ਕੇ ਆਪਦਾ ਖਾਣਾ ਪੂਰਤੇ, ਇੱਥੇ ਬੈਠ ਕੇ ਵੇਖੋ ਨਾ ਜੋ ਤੜਕੇ ਜੰਗਲ ਪਾਣੀ ਜਾਣਾ ਹੁੰਦਾ ਅਤੇ ਕਿੰਨਾ ਸਮੱਸਿਆ, ਅਤੇ ਕਿਵੇਂ ਠੰਡੇ ਠੰਡੇ ਪਾਣੀ ਨਾਲ ਵੀ ਨਹਾਉਣਾ ਪੈਂਦਾ। ਸੋ ਇਹ ਲੀਡਰੋ ਤੁਹਾਨੂੰ ਬੇਨਤੀ ਹੈ ਵੀ ਤੁਸੀਂ ਇੱਥੇ ਆਓ ਇਕੱਠੇ ਹੋ ਕੇ, ਹੈ ਨਾ, ਆਪਦੇ ਆਪਦੇ ਜਦੋਂ ਇਕੱਠ ਕਰਨਾ ਹੁੰਦਾ ਤਾਂ ਲੱਖਾਂ ਹਜ਼ਾਰਾਂ ਬੰਦਾ ਇਕੱਠ ਕਰ ਲੈਂਦੇ ਹਾਂ, ਤੁਸੀਂ ਇੱਥੇ ਲਿਆ ਕੇ ਬੈਠੋ। ਅਤੇ ਵੀਰਾਂ ਨੂੰ ਵੀ ਬੇਨਤੀ ਹੈ, ਗੱਲ ਸੋਚੋ ਇਹਨਾਂ 'ਤੇ, ਪਾਓ ਪ੍ਰੈਸ਼ਰ ਵੀ ਤੁਹਾਨੂੰ ਇਕੱਲੇ ਅਸੀਂ ਬਦਾਮ ਕਾਜੂ ਖਵਾਉਣ ਵਾਸਤੇ ਨਹੀਂ ਬਣਾਇਆ ਸਾਨੂੰ। ਅਤੇ ਇੱਕ ਗੱਲ ਹੋਰ ਹੈ ਵੀ ਮੋਦੀ ਜਿਵੇਂ ਹਿੰਦੂ ਰਾਸ਼ਟਰ ਦੀ ਗੱਲ ਕਰ ਰਿਹਾ ਵੀ ਹਿੰਦੂ ਰਾਸ਼ਟਰ, ਅਤੇ ਮੇਰੇ ਹਿੰਦੂ ਵੀਰਾਂ ਨੂੰ ਬੇਨਤੀ ਹੈ ਇਹ ਗੱਲ ਤੁਸੀਂ ਨਾ ਸੋਚਿਓ ਮਾੜਾ ਜਿਹਾ, ਸਮਝਿਓ ਵੀ ਜੇ ਸਾਨੂੰ ਇਹ ਕਹਿ ਰਿਹਾ ਵੀ ਕਿਸਾਨਾਂ ਨੂੰ ਵੀ ਮੈਂ ਵਿਚੋਲੀਆ ਖਤਮ ਕਰ ਰਿਹਾ, ਤਾਂ ਵਿਚੋਲੀਆ ਹੈ ਕੌਣ? ਵਿਚੋਲੀਆ ਹੈਗਾ ਹਿੰਦੂ ਭਰਾ ਸਾਡੇ ਜਿਹੜੇ ਆੜ੍ਹਤੀ ਨੇ, ਉਹਨਾਂ ਨੂੰ ਖਤਮ ਕਰਨਾ, ਸਾਡਾ ਤਾਂ ਉਹਨਾਂ ਦਾ ਰੌਲਾ ਹੀ ਕੋਈ ਨਹੀਂ, ਉਹ ਤਾਂ ਆੜ੍ਹਤ ਹੈਗੀ ਆ, ਅਤੇ ਸਗੋਂ ਦੀ ਜ਼ਿਮੀਦਾਰ ਨੂੰ ਤਾਂ ਸੌਖਾ ਹੁੰਦਾ, ਕਿਸਾਨ ਨੂੰ ਉਹਨਾਂ ਤੋਂ ਲੈਣ ਦੇਣ ਚੱਲਦਾ ਰਹਿੰਦਾ ਅਤੇ ਸਾਰਾ ਉਹਨਾਂ ਦਾ ਭਰਾਵਾਂ ਵਾਲਾ ਰਿਸ਼ਤਾ। ਸੋ ਵੀਰੋ ਇਹ ਸਭ ਤੋਂ ਵੱਡਾ ਦੁਸ਼ਮਣ ਹੀ ਤੁਹਾਡਾ ਹੈ, ਜੇ ਕਹਿ ਰਹੇ ਨਾ ਵੀ ਹਿੰਦੂਵਾਦ ਕਾਰਨ ਰਾਸ਼ਟਰ ਬਣਾਉਣ ਨੂੰ ਫਿਰਦਾ, ਇਹ ਦੁਸ਼ਮਣੀ ਸਭ ਤੋਂ ਵੱਧ ਹਿੰਦੂਆਂ ਬਿਨਾਂ ਦਾ, ਇਹ ਗੱਲ ਸੋਚਿਓ, ਸੋਚਣ ਵਾਲੀ ਹੈ। ਸੋ ਇਹ ਤਾਂ ਸਭ ਜਿਹੜੀਆਂ ਚੀਜ਼ਾਂ, ਰੋਡ ਦਾ ਕੰਟਰੈਕਟ ਜਾਂ ਹੋਰ ਆ, ਇੱਥੇ ਵੀ ਦਿੱਲੀ ਰੋਡ 'ਤੇ ਜਿੰਨੇ ਕੰਟਰੈਕਟ ਆ ਸਭ ਗੁਜਰਾਤ ਦੇ ਨੂੰ ਹੈ, ਇਹ ਆਉਣ ਵਾਲੇ ਟਾਈਮ ਵਾਸਤੇ ਤੁਹਾਨੂੰ ਤੁਹਾਡੇ ਸਾਰਿਆਂ ਵਾਸਤੇ ਖਤਰਨਾਕ ਆ। ਸੋ ਇੰਨੀਆਂ ਕੁ ਬੇਨਤੀਆਂ ਕਰਦੇ ਹਾਂ, ਪਰ ਇੱਕ ਬੇਨਤੀ ਹੋਰ ਵੀ ਆ, ਠੰਡ ਜ਼ਿਆਦਾ ਹੋ ਰਹੀ ਹੈ ਪਰ ਲੋਕ ਵੀ ਪਰੇਸ਼ਾਨ ਹੁੰਦੇ ਆ ਵੀ ਫੋਨ ਆਉਂਦੇ ਆ, ਮੈਸੇਜ ਪਾਉਂਦੇ ਵੀ ਠੰਡ ਆ ਇੱਥੇ, ਪਰ ਇੱਥੋਂ ਵਾਲੇ ਬੰਦਿਆਂ ਨੂੰ ਵੀ ਨੂੰ ਹੌਸਲਾ ਤਾਂ ਇਸ ਗੱਲ ਦਾ ਹੈ ਵੀ ਹੌਸਲਾ ਵੀ ਰੱਖਣਾ, ਤਾਂ ਬਸ ਇਹ ਗੱਲ ਦਿਮਾਗ 'ਚ ਰੱਖਿਓ ਵੀ ਠੰਡੇ ਬੁਰਜ ਤੋਂ ਜ਼ਿਆਦਾ ਠੰਡ ਨਹੀਂ, ਬਸ ਇਹ ਹੌਸਲਾ ਰੱਖਿਓ ਅਤੇ ਥੋੜ੍ਹਾ ਜਿਹਾ ਠਮਾਂ ਵੀ ਰੱਖਿਓ ਵੀ ਇਹ ਕਾਬ ਥੋੜ੍ਹਾ ਜਿਹਾ ਚੱਲਦਾ ਲੰਮਾ ਹੀ ਹੁੰਦਾ, ਅਤੇ ਯੂਥ ਮੁੰਡੇ ਵੀ ਕਹਿੰਦੇ ਆ ਵੀ ਹੁਣ ਅੱਗੇ ਵਧਣ ਦਾ ਟਾਈਮ ਆ ਵੀ ਅੱਗੇ ਵਧੀਏ, ਥੋੜ੍ਹਾ ਜਿਹਾ ਇਹਨਾਂ ਨੂੰ ਵੀ ਸੇਕ ਲੱਗੇ ਵੀ ਦਿੱਲੀ ਨੂੰ ਹੋਰ ਥੋੜ੍ਹਾ ਥੋੜ੍ਹਾ ਜਿਵੇਂ 100-100 ਮੀਟਰ ਅੰਦਰ ਹੀ ਹੋਈ ਜਾਈਏ, ਤਾਂ ਕਿ ਸਰਕਾਰ 'ਤੇ ਹੀ ਪ੍ਰੈਸ਼ਰ ਪਵੇ ਵੀ ਅੰਦਰ ਵੀ ਆਉਣਗੇ ਅਤੇ ਮੁੰਡਿਆਂ 'ਚ ਵੀ ਜੋਸ਼ ਰਹਿੰਦਾ। ਤਾਂ ਮੁੰਡਿਆਂ ਦਾ ਸੁਝਾਓ ਸੀ, ਕਈਆਂ ਨੇ ਕਿਹਾ ਵੀ ਆਪਾਂ ਇਸ ਤਰ੍ਹਾਂ ਕਰੀਏ ਵੀ ਆਪਾਂ 100 ਕੁ ਮੀਟਰ ਅੰਦਰ ਹੋਰ ਚਲੇ ਜਾਇਆ ਕਰੀਏ, ਤਾਂ ਕਿ ਸਰਕਾਰ 'ਤੇ ਪ੍ਰੈਸ਼ਰ ਏ, ਸੁਝਾਅ ਚੰਗਾ, ਪਰ ਵੀਰਾਂ ਨੂੰ ਕਹਿ ਰਿਹਾ ਵੀ ਹਜੇ ਕੋਈ ਨਹੀਂ, ਯੂਨੀਅਨ ਦਾ ਕੋਈ ਫੈਸਲਾ ਆਊਗਾ, ਸਾਰੇ ਇਕੱਠੇ ਹੋ ਕੇ ਚੱਲਾਂਗੇ ਅਤੇ ਹਜੇ ਟਾਈਮ ਆਊਗਾ, ਬਸ ਡਟੇ ਰਹੋ।
ਸੋ ਇੰਨੀਆਂ ਕੁ ਮੇਰੀਆਂ ਬੇਨਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।